ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਨਾਜ਼ਰੀਨ ਹਾਜ਼ਰ ਹੋਣ ਲੱਗੇ ਆ। ਜਿਹੜੀ ਅੱਜ ਦੀ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਦਿਖਾਣ ਲੱਗਿਆ, ਮਾਸ਼ਾਅੱਲਾ ਬਹੁਤ ਆਊਟ ਕਲਾਸ ਦੀ ਔਰ ਮਾਸ਼ਾਅੱਲਾ ਬੜੀ ਕਮਾਲ ਦੀ ਬੈਂਡ। ਜਿਹੜੇ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਚੋਲਸਤਾਨੀ ਵੀ ਹੋਵੇ, ਕ੍ਰਾਸ ਵੀ ਹੋਵੇ ਤੇ ਮਗਰ ਪਿਓਰ ਚੋਲਸਤਾਨੀ ਬੱਚਾ ਹੋਵੇ ਜਨਾਬ ਭਾਈ ਜਵੇਦ, ਅਗਲੀ ਕੁਰਬਾਨੀ ਜਾਂ ਯਾਨੀ ਕਿ ਕੁਰਬਾਨੀ ਨੂੰ ਬਣਨ ਵਾਲਾ ਜਾਨਵਰ ਹੋਵੇ। ਅੱਲਾ ਦੇ ਕੋਲ ਜਿਹੜਾ ਪਾਕਿਸਤਾਨ ਬੱਚਾ ਇਸੇ ਸੂਏ ਦੇ ਵਿੱਚ ਪੈਸੇ ਪੂਰੇ ਕਰੇਗਾ ਬੈਟ ਦੇ। ਔਰ ਮਾਸ਼ਾਅੱਲਾ ਜੀ ਮਾਸ਼ਾਅੱਲਾ, ਗਾਏ ਬੜੀ ਕਮਾਲ ਦੀ ਜਾਨੀ ਦੇ ਡੇਰੇ ਤੇ ਪਿਓਰ ਚੋਲਸਤਾਨੀ ਮੱਖੀ ਚੀਨਾ ਬੱਚਾ ਜਨਾਬ, ਮਗਰ ਵੈੜ ਆਪ ਮਾਸ਼ਾਅੱਲਾ ਬੜੀ ਆਲਾ ਬਰੀਡ ਜੇ ਜੀ ਮਰਜ਼ੀ ਲੈ ਸਕਦੇ ਹੋ। ਗਾਂ ਦੇ ਵਿੱਚ ਕ੍ਰਾਸ ਦੇਖਦੇ ਪੈਣ ਉੱਤੇ ਬੰਨ ਕੋਨੀ ਦੀ ਤੋੜ ਤੱਕ ਵੇਖ ਲੈਣ, ਬੱਚੀ ਕ੍ਰਾਸ ਹੈ ਵੈੜ। ਔਰ ਜਨਾਬੇ ਲਈ ਕਮਾਲ ਦੀ ਗਾਏ ਔਰ ਮਾਸ਼ਾਅੱਲਾ ਥਣ ਬੜਾ ਪਾਵਰ ਵਾਲਾ, ਬੜਾ ਕਮਾਲ ਦਾ ਲੱਗਿਆ ਦੋਸਤੋ। ਲੈਣਾ ਦੇਣਾ ਮੁਕੰਦਰਾਂ ਦਾ, ਸੌਦਾ ਨਸੀਬਾਂ ਦਾ, ਬਾਬੂ ਛੱਡ ਕੇ ਟੋਰ ਦੋਨੋਂ ਫਿਰਨ ਵੀਰਾਂ ਨੂੰ ਹਰ ਗੱਲ ਦੀਆਂ ਤਸੱਲੀਆਂ ਕਰਾ ਦਈਏ। ਲੈਣੇ ਦੇਣੇ ਮੁਕੰਦਰ ਨੇ ਦੋਸਤੋ, ਸੌਦੇ ਨਸੀਬਾਂ ਦੇ ਨੇ, ਗਾਏ ਦਾ ਮੁੱਲ ਇੰਜ ਦਾ ਹੋਏਗਾ। ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ, ਇੰਜ ਦਾ ਕੋਈ ਬੱਕਰੀ ਦਾ ਨਹੀਂ ਕਰੇਗਾ। ਦੁੱਧ ਗਾਂ ਦੇ ਕੋਲ ਪੱਕਾ 14 ਲੀਟਰ ਬਾਈ ਕਹਿੰਦਾ ਕਿ ਦੇ ਤੇ ਗਰੰਟੀਆਂ ਵੀਰਾਂ ਨੂੰ। ਔਰ 14 ਹੋਏ ਕਿ ਜਿਹੜੇ ਵੀਰ ਭਰਾਵਾਂ ਦੋਸਤਾਂ ਨੇ ਆਪਣੇ ਨੇ ਆਪਣੇ ਕੋਲ ਚੋ ਲੈਣਾ ਬਹਿ ਕੇ ਰਹਿ ਕੇ ਜਾਂ ਵੀਰਾਂ ਦੇ ਘਰ ਜਾ ਕੇ ਵੀ ਇਹ ਦੇਗੀ। ਮਾਸ਼ਾਅੱਲਾ ਜੀ ਕਮਾਲ ਦੀ ਬੈਟ, ਬੈਟ ਦੇ ਨਖਰੇ, ਬੈਟ ਦੀ ਪੂਰੀ ਜਵਾਨੀ, ਨਸਲ ਜ਼ਾਤ ਮੇਰੇ ਵੀਰਾਂ ਦੇ ਸਾਹਮਣੇ, ਕਮਾਲ ਦਾ ਜਾਨਵਰ। ਔਰ ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰੀ ਹਰ ਪਾਸੋਂ 16 ਨੇ, ਸਾਫ ਸੁਥਰੀ ਬੈਟ ਦੋਸਤੋ। ਔਰ ਬਾਈ ਨੂੰ ਕਹਾਂਗੇ ਬੱਚਾ ਲਾਵੇ, ਔਰ ਬੱਚਾ ਲਾ ਕੇ ਵੀਰਾਂ ਭਰਾਵਾਂ ਦੋਸਤਾਂ ਨੂੰ ਚੁਆਈ ਕਰਾਵੇ, ਚੁਆਈ ਕਰਾ ਕੇ ਤਸੱਲੀਆਂ ਕਰਾਵੇ। ਔਰ ਬੱਚਾ ਮੈਂ ਹਕੀਕਤ ਦੱਸਦਾ ਪਿਆ, ਇਹ ਜਾ ਬੱਚਾ ਯਕੀਨ ਜਾਣੋ ਭਾਈ, ਮੈਂ ਆਹਨਾਂ ਕਿ 3 ਮਹੀਨੇ ਕੋਈ ਵੀਰ ਅੱਧੀ ਗਾਂ ਵਿੱਚ ਛੱਡ ਦੇਗਾ ਨਾ, ਤੇ 3-4 ਮਹੀਨੇ 'ਚ 1 ਲੱਖ ਰੁਪਏ ਦਾ ਬੱਚਾ ਦੋਸਤੋ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਔਰ ਇਹ ਜਾਨਵਰ ਉਹ ਨੇ, ਇਹਨਾਂ 'ਚ ਕੋਈ ਕਰਮ ਵਾਲਿਆਂ 'ਚ ਕਾਟਾ ਨਹੀਂ, ਅੱਲਾ ਇਹਦੀ ਜ਼ਿੰਦਗੀ ਕਰੇ, ਸਾਹ ਕਰੇ। ਹਲਾਲ ਚੀਜ਼ ਹੈ, ਹਲਾਲ ਚੀਜ਼ ਦੇ ਵਿੱਚ ਨਫ਼ਾ ਹੀ ਨਫ਼ਾ ਹੈ ਦੋਸਤੋ। ਔਰ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ, ਅਸੀਲ ਸੌ ਇੰਨੀ ਹੈ, ਬੀਬੀਆਂ ਚੁੱਕ ਲੈਣ, ਬੱਚੇ ਚੋ ਲੈਣ, ਥਣ ਬੜਾ ਚੰਗਾ। ਸਭ ਤੋਂ ਵੱਡੀ ਗੱਲ ਹੈ ਕਿ ਵੈਣ ਕੋਲ ਥਣ ਬੜਾ ਚੰਗਾ ਅੱਲਾਹ ਤਾਲਾ ਨੇ ਲਾਇਆ, ਗਾਂ ਨੂੰ ਥਾਣੇ ਜਾ ਲਾਇਆ ਕਿ ਜਨਾਬੇ 100 ਚ 1 ਦੀ ਗਾਂ ਨੂੰ ਲੱਗਿਆ ਹੁੰਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜੀ ਕਮਾਲ ਦੀ ਵੈਣ, ਕਮਾਲ ਦੀ ਵੈਣ। ਥੋੜ੍ਹੀ ਉਰਾ ਕਰ ਲੈ ਬਾਬੂ ਇਹਨੂੰ, ਇੱਥੇ ਕਰ ਲੈ, ਚੱਲ ਆਉਣ ਲਾਵਾ, ਚੱਲ ਸਮਾ ਕੇ ਬੱਚਾ ਅੱਗੇ ਬੰਨ ਦੇ, ਵੈਣ ਦੀ ਚੁਆਈ ਸ਼ੁਰੂ ਕਰ ਦੇ, ਵੀਰਾਂ ਭਰਾਵਾਂ ਦੋਸਤਾਂ ਨੂੰ ਤਸੱਲੀਆਂ ਕਰਾ ਦੇ। 14 ਲੀਟਰ ਦੀ ਦੋਸਤੋ ਲੋਹੇ ਰੰਗੀ ਗਰੰਟੀ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਹਰ ਗੱਲ ਦੀਆਂ ਤਸੱਲੀਆਂ ਟੋਟਲ ਕਰਾਵਾਂਗੇ ਭਰਾਵਾਂ ਨੂੰ। ਲੈ ਧੋ ਲੈ ਤੇ ਧੋ ਕੇ ਪੁੱਤਰ ਬਹਿ ਜਾ ਥੱਲੇ ਤੇ ਵੀਰਾਂ ਦੋਸਤਾਂ ਨੂੰ ਤਸੱਲੀਆਂ ਕਰਾ ਦਿੰਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਗਾਏ ਦਾ ਪ੍ਰਿੰਟ ਚੰਗਾ, ਗਾਂ ਦੀ ਨਸਲ ਚੰਗੀ, ਕ੍ਰਾਸ ਚੰਗਾ ਗਾਂ ਦੇ ਕੋਲੇ, ਲੋੜ ਬੜਾ ਪੈ ਜੀ, ਲੋੜ ਵੀ ਠੀਕ ਹੈ ਗਾਂ ਤੇ, ਮਗਰ ਵੱਛਾ ਵੀ ਮਾਸ਼ਾਅੱਲਾ ਬੜਾ, ਕਮਾਲ ਦੀ ਵੈਣ। ਸਾਂਭੀ ਕਿਸੇ ਨੇ ਨਾ ਜੀ ਕਰੇ ਬੜੀ ਚਾਵਾਂ ਨਾਲ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰੀ ਨਸਲ ਜ਼ਾਤ ਆ, ਥਣ ਵੇਖਣ ਮੇਰੇ ਭਰਾ। ਇਹ ਜੀ ਗਾਂ ਥਾਣੀ ਇੱਕ ਸਿੱਧਾ ਕਰ ਲਏ ਤਾਂ 2 ਸਿਰ ਦੁੱਧ ਕਰ ਦੇਵੇ ਜਨਾਬ। ਮਾਸ਼ਾਅੱਲਾ ਕਮਾਲ ਦੀ ਵੈਣ ਦੋਸਤੋ। ਇਹ ਜਿਹੜੇ ਮੇਰੇ ਵੀਰ, ਇਹ ਅੱਜ ਦਾ ਮਜ਼ਦੂਰ ਪੈਕੇਜ ਹੀ ਹੈ। ਜਿਹੜੇ ਮੇਰੇ ਵੀਰ ਦੋਸਤ ਕਹਿੰਦੇ ਨੇ ਕਿ ਜਵੇਦ ਬਾਈ ਬੱਕਰੀ ਦੇ ਮੁੱਲ 'ਚ ਗਾਂ ਲੈਣੀ ਹੈ ਤੇ ਘਰ ਗੁਜ਼ਾਰਾ ਕਰਦਾ ਵੀ ਹੁੰਦਾ ਰਹੇ ਤੇ ਜਨਾਬਿਆਂ ਦੇ ਨਾਲ ਜਿਹੜਾ ਆਪਣਾ ਕੋਈ ਰੋਜ਼ਗਾਰ ਵੀ ਚੱਲ ਜਾਵੇ, ਇਹ ਇਹ ਜਾਨਵਰ ਇਹ ਜਾ ਘਰ ਦਾ ਗੁਜ਼ਾਰਾ ਵੀ ਸੌਖਾ ਹੁੰਦਾ ਰਹੇਗਾ, ਅੱਲਾ ਦੇ ਹੁਕਮ ਦਾ ਖਰਚਾ ਵੀ ਪੂਰਾ ਕਰਦੀ ਰਹੇਗੀ ਇਨਸ਼ਾਅੱਲਾ। ਬੜੀ ਕਮਾਲ ਦੀ ਵੈਣ ਦੋਸਤ, ਬਾਲਟੀ ਮੁੱਧੀ ਕਰ ਲਈ ਬਾਈ ਨੇ, ਮੁੱਧੀ ਕਰਕੇ ਵਿਖਾ ਦਿੱਤੀ।
ਪਹਿਲਾ ਥਣ ਪੁੱਤਰ ਉਰਲੇ ਮਣੇ ਚੋ ਉਰਲੇ ਉਰਲਾ ਪਾਸ ਕਰਾਈ ਪਹਿਲਾ ਥਣ ਮੱਝ ਵਾਲਾ ਥਣ ਦੋਸਤੋ ਪੂਰਾ ਮਾਸਟਰ ਚਵਾ ਦੇ ਅਗਲਾ ਚਵਾ ਪੁੱਤਰ ਚੈੱਕ ਕਰਾ ਨਾ ਟੁੱਟ ਨਾ ਪੱਜ ਨਾ ਛੱਟ ਨਾ ਪਾਰ ਨਾ ਮੁੱਠ ਨਹੀਂ ਖੋਲਣ ਦਿੰਦੀ ਪਈ ਮੁੱਠ ਨਹੀਂ ਖੋਲਣ ਦਿੰਦੀ ਬੜੀ ਕਮਾਲ ਦੀ ਗੱਲ ਹੈ ਇਹਨਾਂ ਨੂੰ ਚਵਾ ਕਿਹਾ ਜਾਂਦਾ ਅਗਲਾ ਵੀ ਪੁੱਤਰ ਪਾਸ ਕਰਾ ਦੇ ਚਲੋ ਚਵਾਈ ਸ਼ੁਰੂ ਕਰ ਦੇ ਉਹਨਾਂ ਨੂੰ ਯਾਦ ਕਰ ਮਾਸ਼ਾਅੱਲਾ ਜੀ ਮਾਸ਼ਾਅੱਲਾ ਇੱਕ ਸਾਰ ਵੈੜ ਆ ਗਿਆ ਗੱਲਾਂ ਦੇਖਣਾ ਇੱਕ ਸਾਰ ਮੁੱਠ ਨਹੀਂ ਖੋਲਣ ਦਿੰਦੀ ਮਾਸ਼ਾਅੱਲਾ ਬੜੀ ਕਮਾਲ ਦੀ ਗੱਲ ਖਰਾ ਸੋਨਾ ਅੱਲਾ ਦੇ ਪੂਰਾ ਖਰਾ ਸੋਨਾ ਮੁੱਲ ਭਾਈ ਜੀ ਮਿੰਟਾਂ ਸਕਿੰਟਾਂ ਚ ਵੀਜਣ ਵਾਲੀ ਹੈ ਚਵਾ ਬੜਾ ਹੁੰਦਾ ਜਿਹਦਾ ਥਣ ਲੱਗਿਆ ਜੇ ਥਣ ਮਾਸ਼ਾਅੱਲਾ ਲੱਗਿਆ ਹੋਵੇ ਤੇ ਮਿੰਟਾਂ ਸਕਿੰਟਾਂ ਚ ਜਾਨਾ ਚਵਿੰਦਾ ਜੀ ਥਣ ਬੜਾ ਮਾਸ਼ਾਅੱਲਾ ਭਾਈ ਨੇ 14 ਲੀਟਰ ਦੀ ਆਪਾਂ ਨੂੰ ਗਰੰਟੀ ਚੋਣ ਤੋਂ ਪਹਿਲੇ ਮੈਨੂੰ ਭਾਈ ਰਮਜ਼ਾਨ ਨੇ ਠੰਡਾ ਸੀ ਜੀ ਦੋ ਦਿਨ ਜੈਨ ਮੈਨ 14 ਲੀਟਰ ਹੈ ਜੀ ਮੁੱਲ ਕੋਈ ਨਹੀਂ ਆਉਣਾ ਦੋਸਤੋ ਅੱਜ ਮੈਂ ਦੱਸ ਰਿਹਾ ਮੁੱਲ ਕੋਈ ਨਹੀਂ ਆਉਣਾ ਬੜੀਆਂ ਮੁਹੱਬਤਾਂ ਵਾਲਾ ਆਉਣਾ ਮੁੱਲ ਬੋਲ ਮੁਹੱਬਤਾਂ ਦੇ ਚਾਹਤਾਂ ਵਾਲਾ ਆਉਣਾ ਬੱਚੇ ਨੂੰ ਦੁੱਧ ਦਾ ਕਮ ਸੇ ਕਮ 3 ਕਿਲੋ ਚਾਹੀਦਾ ਖਾਲੀ ਗੜਵੀ ਜਨਾਬ ਐ ਵੀਰੋ ਇੱਕ ਐ ਮਾਸ਼ਾਅੱਲਾ ਵੀਰੋ ਦੋ ਐ ਵੀਰੋ ਮਾਸ਼ਾਅੱਲਾ 3 ਐ ਵੀਰੋ ਮਾਸ਼ਾਅੱਲਾ 4 ਐ ਵੀਰੋ ਮਾਸ਼ਾਅੱਲਾ 5 6 ਐ ਵੀਰੋ ਮਾਸ਼ਾਅੱਲਾ 7 ਐ ਵੀਰੋ ਮਾਸ਼ਾਅੱਲਾ 8 ਐ ਵੀਰੋ ਮਾਸ਼ਾਅੱਲਾ 9 ਲੀਟਰ ਦੁੱਧ ਐ ਬਾਈ ਨੇ 14 ਲੀਟਰ ਦੀ ਠੰਡੇ ਦੀ ਗਰੰਟੀ ਦਿੱਤੀ ਬੱਚੇ ਨੂੰ ਛੱਡ ਕੇ
ਮਾਸ਼ਾਅੱਲਾ ਬੱਚਾ ਵੇਖ ਲਓ 14 ਦੀ ਪਈ ਜੀ ਤਾਂ ਵੀ ਗਰਮ ਦੁੱਧ ਦੇਣਾ ਤੇ ਇਹ ਸਗੋਂ 15 16 ਤੁਸੀਂ ਅੱਗੇ ਦੀ ਜਿਹੜਾ ਹੋਵੇ ਜਾ ਕੇ 2 ਕਿਲੋ ਵੱਧੇ ਜਾ ਕੇ ਕਟੇ ਨਾ ਕਟੇ ਨਾ ਜੀ ਤਾਂ ਤੁਹਾਨੂੰ ਆਖਿਆ 14 ਵੀ ਦੇ ਜਾ ਜੀ ਇਨਸ਼ਾਅੱਲਾ ਤਾਲਾ ਦੁੱਧ ਦੇ ਕੋਲ ਇਸ ਟਾਈਮ 15 16 ਲੀਟਰ ਜੀ ਬਿਲਕੁਲ ਅਸਲਾਮੁਅਲੈਕੁਮ ਭਾਈ ਵਾਲੇਕੁਮ ਭਾਈ ਜਾਨ ਜਾਨਵਰ ਪੂਰਾ ਦਿਖਾ ਦਿੱਤਾ ਜੀ ਵੀਰਾਂ ਤੇਰੇ ਜਾਨਵਰ ਦੀ ਤਸੱਲੀ ਕਰਾ ਦਿੱਤੀ ਜੀ ਸਿਰ ਤੋਂ ਲੈ ਕੇ ਪੈਰ ਤੱਕ ਵਿਖਾ ਦਿੱਤਾ ਜੀ ਇਹ ਦੱਸਣਾ ਵੀਰਾਂ ਜਿਹੜੀ ਆਪਾਂ ਵੈੜ ਆਪਣੇ ਭਰਾਵਾਂ ਨੂੰ ਦਿਖਾਈ ਹੈ ਇਸ ਵੈੜ ਦਾ ਮੁੱਲ ਤੇ ਦੁੱਧ ਤੇ ਹਰ ਗੱਲ ਦੀ ਕਿੰਨੇ ਦਿਨਾਂ ਦੀ ਸੀ ਸਾਰੀ ਡਿਟੇਲ ਦੇ ਦਿਓ ਭਾਈ ਜਵੇਦ ਤੁਮੇ ਆਂਦੇ ਤੇ ਪੁੱਛਿਆ ਕਿ ਮੇਰੇ ਦਾ ਰਮਜ਼ਾਨ ਨੇ ਕੋ ਦੁੱਧ ਕਿੰਨਾ ਹੈ ਤੁਸੀਂ ਆਖਿਆ ਆਪਾਂ ਦੇਣੀ ਹੈ ਮناسب ਕੀਮਤ ਦੇ ਵਿੱਚ ਦੋਸਤਾਂ ਦੇ ਬੜੇ ਫੋਨ ਆਏ ਨੇ ਯਾਰ ਮੇਰੇ ਮناسب ਕੀਮਤ ਹੋਵੇ ਜਾਨਵਰ ਤੋਂ ਵੀ ਦਿਖਾਣਾ ਜੀ ਬਿਲਕੁਲ ਹਾਲਾਂਕਿ ਤੁਸੀਂ ਅਜੇ ਕਦੇ ਜਾਨਵਰ ਨਹੀਂ ਲਾਇਆ ਪਰ ਮੈਂ ਮਜ਼ਦੂਰ ਪੈ ਕੇ ਬੜੇ ਵੀ ਮਜ਼ਦੂਰ ਪੈ ਕੇ ਕਿਉਂਕਿ ਤੁਸੀਂ ਆਖਿਆ ਯਾਰ ਬੜੇ ਬੇਲੀ ਮੰਗਦੇ ਨੇ ਇਹ ਭਾਈ ਜਵੇਦ ਨਾ ਇਹ ਇਸ ਟਾਈਮ ਦੁੱਧ ਜਿਹੜਾ ਹੈਗਾ ਨਾ 15 16 ਲੀਟਰ ਤੁਸੀਂ ਅਗਰ ਜਿਹੜਾ ਠੰਡਾ ਹੋਵੇ ਰਮਜ਼ਾਨ ਪੇ ਜਾ ਕੇ ਵਧੇ ਕਟੇ ਨਾ ਮੈਂ ਤੁਹਾਨੂੰ ਆਖਿਆ ਤੁਸੀਂ 14 ਦੀ ਦੇ ਦਿਆ ਜੀ ਇਨਸ਼ਾਅੱਲਾ ਤਾਲਾ ਦੁੱਧ ਜਾ ਕੇ ਘਰੇ ਵਧੇਗੀ ਕਟੇਗੀ ਜੀ ਬਿਲਕੁਲ ਭਾਈ ਜਵੇਦ ਇਹ ਇਹਦਾ ਜਿਹੜਾ ਸੁਈਰ ਕਿੰਨੇ ਦਿਨ ਸੁਈਰ ਦੇ ਆ ਚੋ ਹੋ ਗਿਆ ਨੇ ਭਾਈ ਜੀ ਹਫਤਾ ਹੋ ਗਿਆ ਜੀ 5 8 ਦਿਨ ਹੋ ਗਿਆ ਨਾ ਜੀ ਸੁਈਰ ਅੱਛਾ ਹਫਤਾ ਯਾਨੀ ਕਿ 8 ਦਿਨ ਬਾਅਦ 8 ਦਿਨ ਹੋ ਗਿਆ ਦੁੱਧ ਤੇ ਹੁਣ ਮਾਸ਼ਾਅੱਲਾ ਦੁੱਧ ਤੇ ਆਈ ਹੋਈ ਹੈ ਅੱਛਾ ਭਾਈ ਜਾਨ ਗਾਂ ਦਾ ਮੁੱਲ ਪੱਕਾ ਪਿਆਰ ਮੁਹੱਬਤ ਵਾਲਾ ਸ਼ਫਕਤ ਵਾਲਾ ਕੀ ਭਾਈ ਜਾਨ ਪਿਆਰ ਮੁਹੱਬਤ ਸ਼ਫਕਤ ਵਾਲਾ ਕੋਈ 2.5 ਲੱਖ ਨਹੀਂ ਕੋਈ ਆਪਣਾ 2,40,000 ਨਹੀਂ ਜਾਈਦਾ ਚੁੱਕਦੀ ਹੋਵੇ ਪਿੱਛਾ ਇਹ ਆਪਣੀ ਹਰ ਤਰ੍ਹਾਂ ਦੀ ਆਪਣੀ ਗਾਰੰਟੀ ਆਪਣੇ ਘਰ ਰਹੀ ਇਨਸ਼ਾਅੱਲਾ ਤਾਲਾ ਖੜੀ ਇਹ ਭਾਈ ਸੁਣਦੇ ਵੀ ਪੈਣ ਇਨਸ਼ਾਅੱਲਾ ਤਾਲਾ ਕੋਈ ਕਿਸੇ ਕਿਸੇ ਦਾ ਨੁਕਸਾ ਹੋਵੇ ਇਨਸ਼ਾਅੱਲਾ ਤਾਲਾ ਆਪਾਂ ਜ਼ਿੰਮੇਦਾਰ ਹਾਂ ਇਨਸ਼ਾਅੱਲਾ ਜਵਾਬ ਬਿਹਤਰੀਨ ਹੈ ਔਰ ਮਾਸ਼ਾਅੱਲਾ ਸੀਲ ਸਾ ਹੋਵੇ ਜੇਰ ਨਾ ਪਾਈਏ ਵਿਥਾਂ ਚ ਕੋਈ ਵਾਧਾ ਘਾਟਾ ਹੋਵੇ ਕਿਸੇ ਕਿਸਮ ਦਾ ਬਿਮਾਰੀ ਹੋਵੇ ਆਪਾਂ ਇਨਸ਼ਾਅੱਲਾ ਦੇਣੇ ਦਾ ਬੜੀ ਗੱਲ ਹੈ ਭਾਈ ਜਾਨ ਫਾਈਨਲ ਜਿਹੜੇ ਪੈਸੇ ਲੈ ਲੈਣੇ ਨੇ ਫਾਈਨਲ ਜੇ ਤੁਸੀਂ ਆਖਿਆ ਹੋਵੇ ਭਾਈ ਪੱਕੀ ਗੱਲ ਕਰਨੇ ਆਪਾਂ ਜੇ ਛਡਾਣਾ 100 ਵੀ 2 ਲੱਖ ਭਾਈ ਜਾਨ 35,000 2,35,000 ਤੇ 2,35,000 ਚ ਕਬੀਰ ਪਿਆਰ ਮੁਹੱਬਤ ਸ਼ਫਕਤ ਲਾ ਭਾਈ ਜਾਨ ਪਿਆਰ ਮੁਹੱਬਤ ਸ਼ਫਕਤ ਕਰਕੇ ਭਾਈ ਜਵੇਦ ਦਾ ਤੁਹਾਨੂੰ ਤਾਂ ਮੈਂ ਕਿ ਭਾਈ ਜਵੇਦ ਮੈਂ ਦਾ ਮੁੱਲ ਕਰਦਾ ਪਰ 2,50,000 ਰੁਪਏ ਤੁਸੀਂ ਕਿੰਨੇ ਯਾਰ ਯਾਰ ਇਹ ਤੇਰੀ ਮਿਹਰਬਾਨੀ ਹੈ ਤੇਰੀ ਸ਼ਫਕਤ ਦੇ ਕੇ ਤੂੰ ਰੇਟ ਮਕੂਲ ਕੀਤਾ ਕੋਈ ਬੱਕਰੀ ਨਹੀਂ ਦਿੰਦਾ ਇਹ ਗਾਂ ਹੈ ਮਾਸ਼ਾਅੱਲਾ ਲੋੜ ਵੇਖ ਲਓ ਐਵੇਂ ਗੱਲ ਹੈ ਜੀ ਬੱਚੇ ਨੂੰ ਦੁੱਧ ਅੱਛਾ ਹੀ ਮਾਸ਼ਾਅੱਲਾ ਇਸ ਸੂਬੇ ਦੇ ਵਿੱਚ ਮੇਰੇ ਭਰਾ ਵੇਖ ਲੈਣ ਬੱਚੇ ਨੂੰ ਵੀ ਦੁੱਧ ਬਾਈ ਨੇ ਖੁੱਲਾ ਛੱਡਿਆ ਵੇਖ ਤੇ ਭੈਣ ਇਹ ਦੇਖ ਇਹ ਦੇਖ ਆ ਵੇਖ ਮਾਸ਼ਾਅੱਲਾ ਵੇਖ ਲਓ ਥਾਣੇ ਦੇ ਵਿੱਚ ਮਾਸ਼ਾਅੱਲਾ ਪੂਰਾ ਥਾਣ ਬਿਲਕੁਲ ਜੀ ਔਰ ਤਸੱਲੀ ਹੋ ਗਈ ਵੀਰਾਂ ਦੀ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੀ ਨੂੰ ਦੇ ਕਿਹੜਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ ਹੈ ਇਹ ਜਨਾਬੇ ਲਈ ਜ਼ਿਲ੍ਹਾ ਪਾਕਪੰਨ ਤਹਿਸੀਲ ਆਰੀਵਾਲਾ ਖੜੀ ਚੈੱਕ ਨੰਬਰ 51 ਵੀ ਰਾਬਤਾ ਨੰਬਰ 0300 ਜਨਾਬ ਪੂਰਾ 510-4051 ਇਸੇ ਤੇ ਵਟਸਐਪ ਇਸੇ ਤੇ ਰਾਬਤਾ ਨੰਬਰ ਹੈ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੀ ਨੂੰ ਦਿਓ ਇਜਾਜ਼ਤ ਅਲੀਗੜ੍ਹ ਪਾਕਿਸਤਾਨ ਦਿੰਦਾ ਹਾਂ।